ਤੇ ਤੇਰੇ ਮੁੰਡੇ ਦੇ ਲੱਛਣ ਮਾੜੇ ਆ, ਉਹ ਫਿਰ ਸ਼ੈੱਡ ਦੇ ਉੱਤੇ ਚੜਨ ਨੂੰ ਫਿਰਦਾ ਈ ਤੇ ਉਹਨੇ ਫਿਰ ਡਿੱਗ ਪੈਣੇ। ਤੂੰ ਡਿੱਗ ਕੇ ਰਾਜੀ ਆ? ਇੱਕ ਉਹਨਾਂ ਕੋ ਕਰਕੇ ਹਟਣ ਗਿਆ, ਅੱਜ ਮੰਮੀ ਅੱਜ ਨਹੀਂ ਟਾਲਦੇ। ਨਾ ਭੱਜ ਗਏ ਗੁੱਗੂ, ਇਹਨਾਂ ਤੋਂ ਕੁਛ ਨਹੀਂ ਹੋਣਾ। ਉਹ ਵੇਖ ਖੜਾ ਮੋਟਾ ਜਿਹਾ, ਮਾੜਾ ਜਿਹਾ ਵੀ ਹੱਥ ਢਿੱਲਾ ਪੈ ਗਿਆ ਤੇ ਪਹਿਲਾਂ ਬਾਅਦ ਤੋਂ ਮੱਥੇ ਤੇ ਐ ਚੀਰ ਪੈਂਦਾ ਹੁੰਦਾ। ਐ ਸਾਹ ਲੈ ਦੇ। ਓ ਹਾਏ, ਚਾ ਆਂ ਜਾ ਆਂ ਜਾ ਆ ਗਈ। ਓ ਚੱਕ ਤੇਰੇ ਮੁੰਡੇ ਦੇ ਲੱਛਣ ਮਾੜੇ ਆ, ਉਹ ਫਿਰ ਸ਼ੈੱਡ ਦੇ ਉੱਤੇ ਚੜਨ ਨੂੰ ਫਿਰਦਾ ਈ ਤੇ ਉਹਨੇ ਫਿਰ ਡਿੱਗ ਪੈਣੇ, ਉਹਨੇ ਫਿਰ ਮੱਥਾ ਪੜਾ ਲੈਣੀ, ਫਿਰ ਉਹਨੇ ਟੰਕੇ ਲਵਾਉਣੇ, ਫਿਰ ਉਹਨੇ ਆਪਾਂ ਨੂੰ ਤੰਗੀ ਦੇਣੀ। ਉਹ ਤੈਨੂੰ ਮੈਂ ਦੱਸਤਾ ਈ, ਕਹਿ ਦੇ ਉਹਨੂੰ ਨਹੀਂ ਕੀ ਕਰਨ ਲੱਗਾ ਵੇ। ਵੇਲਾ ਕੀ ਕਰਦਾ ਈ, ਨਹੀਂ ਕੀ ਕਰਦਾ, ਕੀ ਆ ਤੂੰ? ਕੁਛ ਕਿਉਂ ਨੀ ਕੀਤੀ? ਤੇਰੇ ਪੁੱਠੇ ਪੰਗੇ ਲੈਣੇ ਰਹੇ ਆ। ਪੌੜੀ ਲਿਆ ਸੰਜ ਆ ਜੇ, ਮਿਸਤਰੀ ਨੂੰ ਨਹੀਂ ਸੱਦਿਆ ਜਾਂਦਾ ਗਾ। ਮਿਸਤਰੀ ਵੀ ਆ ਜੀ। ਆਹ ਵੇਲਾ ਸਪੈਸ਼ਲ ਬਣਵਾ ਕੇ ਲਿਆਇਆ ਈ, ਉੱਤੋਂ ਨਾਟ ਖੋਲਣ ਲਈ ਆ ਸਪੈਸ਼ਲ ਬਣਵਾ ਕੇ ਲਿਆਇਆ। ਗੋਟੀ ਆ, ਗੋਟੀ ਕਿਤੇ ਐਵੇਂ ਦੀ ਨਹੀਂ ਆਈ, ਉਹਦੇ ਨਾਲੇ ਜ਼ਖਮ ਹੋ ਗਏ ਸੂਟ ਭਰ ਗਏ ਆ, ਤਾਂ ਹੀ ਦੁਬਾਰੇ ਸੱਟ ਲਵਾਉਣੀ ਇਹਨੇ। ਆ ਵੇਲਾ ਬੰਦ ਕਰੋ, ਲਿਆ ਉਹ ਪੌੜੀ ਵੱਡੀ ਹੈਗੀ, ਬੰਦ ਕਰੇ। ਓਏ ਇੱਥੋਂ ਦੀ ਛਾਲ ਮਾਰ ਕੇ ਤਾਂ ਡੇ ਚੜ ਜਾ, ਡਿੱਗਣਾ ਹੀ ਆ ਥੱਲੇ ਤੂੰ। ਐਚਕੀ ਤਾਂ ਕੱਚਾ, ਪਿਛਲੀ ਤਾਂ ਪੱਕਾ ਹੀ, ਤੂੰ ਡੇਗ ਕੇ ਰਾਜੀ ਆ? ਤੇ ਮਾਦੇ ਹੋਰ ਇਹਦੀਆਂ ਕਰਤੂਤਾਂ ਹੀ ਨਹੀਂ ਜਦੋਂ ਚੰਗੀਆਂ, ਇਹਨੇ ਡਿੱਗਣਾ ਹੀ ਆ, ਡਿੱਗੀ ਜਾਂਦਾ। ਦੰਦ ਕੱਢੀ ਜਾਂਦਾ ਵਿਜੇ ਹੋਣੀ, ਵਿਜੇ ਹੋਣੀ ਦੰਦ ਕੱਢੀ ਜਾਂਦੇ ਲੈ ਕੋਲ ਖੜੇ ਵੀ ਤਾਂ ਚੜ ਜਾ ਤੂੰ, ਵੀ ਮਾਲਕ ਤੇਰਾ ਡਿੱਗ ਪੂਗਾ, ਚੰਗਾ ਰਹੇਗਾ ਤੂੰ, ਕਮਰਾ ਤੇਰਾ ਪਾਉਣਾ ਤੇ ਡਿੱਗਦਾ ਉਹ ਫਿਰ ਇਹਨਾਂ ਛੱਤਾਂ ਤੋਂ। ਲੈ ਇਹ ਵੀ ਗੱਲ ਗੱਗੂ ਨੋਟ ਕਰ ਲੈ, ਚਾਦਰਾਂ ਸਲਾਬ ਜਾਂਦੀਆਂ, ਮੀਂਹ ਚ ਟੁੱਟਣ ਦਾ ਖਤਰਾ ਵੱਧ ਜਾਂਦਾ। ਲੈ ਗੱਲ ਸੱਚੀ ਆ, ਕੱਚ ਦੇ ਬਰੋਬਰ ਆ ਇਹ, ਕੱਚ ਦੇ ਬਰੋਬਰ ਹੀ ਆ ਮਾਤੇ। ਕਾਹ ਤੋਂ ਲਵਾਇਆ ਕੱਚ ਤੁਸੀਂ? ਇਹ ਪੰਗਾ ਲੈਣੋ ਨਹੀਂ ਹਟਦਾ ਗਾ, ਮੈਂ ਕੀ ਕਰਾਂ ਇਹਦੇ ਨਾਲ? ਮਾੜੀ ਗੱਲ ਆ ਕਿਉਂਕਿ ਇਹਨਾਂ ਨੇ ਕੱਚ ਲਵਾ ਲਿਆ, ਹੁਣ ਇਹ ਕੱਚ ਟੁੱਟੇਗਾ, ਅੱਜ ਬੁਰਾ ਹਾਲ ਹੋਏਗਾ। ਬਾਕੀ ਹਰਜੀਤ ਕੌਰ ਜੀ ਦੱਸਣਗੇ ਕੀ ਕਹਿਣਾ ਚਾਹੋਗੇ ਤੁਸੀਂ। ਹਰਜੀਤ ਕੌਰ ਦੱਸੋ, ਹਜੇ ਤੋਂ ਕੁਛ ਕੀ ਮਹੀਨੇ ਹੋਏ ਆ, ਉਹ ਜਿਹੜਾ ਲੁੱਤੋ ਲੰਕਿਆ ਸੀ ਤੇ ਰੋਕੋ ਫਿਰ ਉਹਨੂੰ, ਕਿੰਨੀ ਵਾਰੀ ਆ, ਮੈਂ ਤਾਂ ਚੜਨਾ ਹੀ ਨਹੀਂ ਤੇ ਫੇਰ ਕਿਹਨੂੰ ਚੜਾਉਣਾ ਉੱਤੇ? ਉਹ ਵੇ ਉਹ ਮਾਰ ਲੈ, ਤੂੰ ਰਹਿਣ ਦੇ ਰਹਿਣ ਦੇ, ਪਹਿਲੀ ਸੱਟ ਭੁੱਲ ਗਿਆ। ਨਹੀਂ ਮਾਤੇ ਐਡੀ ਨੀ ਗੱਲ, ਉਹ ਵਾਲਾ ਸ਼ੈੱਡ ਉੱਚਾ ਸੀ, ਇਹ ਤਾਂ ਨੀਵਾਂ ਹੀ ਆ, ਜੇ ਡਿੱਗੂਗਾ ਵੀ ਵੱਧ ਤੋਂ ਵੱਧ ਮੁੜਨਾ ਹੀ ਆ। ਤੇਰਾ ਇਰਾਦਾ ਵੀ ਦੰਦ ਦੁੰਦ ਕਢਾ ਲਵੇ ਜਿਹੜੇ ਕਹਿੰਦੇ ਨੇ, ਮੋਚ ਮੂਚ ਹੀ ਆਉਗੀ, ਸੱਟ ਨਹੀਂ ਲੱਗਦੀ। ਇੱਕ ਥੱਲੋਂ ਕੱਚਾ ਵਾ ਸਾਰੇ, ਨੀਵਾ ਵਾ ਤੈਨੂੰ ਚੜਾ ਦੇ, ਕੱਚਾ ਸਾਰੇ ਥੱਲੋਂ, ਸੱਟ ਨਹੀਂ ਲੱਗਦੀ। ਨਾਲੇ ਇਹ ਤਾਂ ਵਿਆਹ ਵੀ ਹੋਇਆ ਵੇ, ਤੇਰੀ ਬੋਟੀ ਕੀ ਕਹਿੰਦੀ, ਇਹ ਤਾਂ ਵਿਆਹ ਵੀ ਹੋਇਆ, ਇਹਦਾ ਵਿਆਹ ਹੀ ਹੋ ਗਿਆ, ਇਹਦੇ ਜਵਾਕ ਵੀ, ਇਹਦੇ ਤਾਂ ਜਵਾਕ ਵੀ ਆ, ਇਹਨੂੰ ਚਾੜੋ ਫਿਰ ਉੱਤੇ। ਨਹੀਂ ਤੈਨੂੰ ਚੜਾਉਣਾ, ਆਹੋ ਗੁੱਗੂ ਨੂੰ ਨਹੀਂ ਚੜਾ ਖਦੇ, ਹੋਏ ਵਿਆਹ ਨਹੀਂ ਹੋਇਆ, ਸਮਝੋ ਸਮਝ ਗਿਆ ਕੀ ਆ ਕੀ? ਤੂੰ ਚੜ ਤਾਂ ਪਾ ਗਏ ਮੋਰੇ ਮੋਰੇ, ਚਾਬੀ ਨਾਲ ਨਹੀਂ ਖੁੱਲਾ ਕੋਈ ਨਹੀਂ, ਹੈ ਚਾਬੀ ਨਾਲ ਨਹੀਂ ਖੁੱਲਾ, ਚਾਬੀ ਨਾਲ ਤਾਂ ਖੋਲੇ ਨਾ, ਗੋਟੀ ਬਣਵਾਈ ਸਪੈਸ਼ਲ, ਸਪੈਸ਼ਲ ਗੋਟੀ ਬਣਵਾਈ ਉੱਤੇ ਚੜ ਕੇ ਖੋਲਣ ਨੂੰ, ਉਹ ਤਾਂ ਪਾਨਾ ਬਣਵਾ, ਓਏ ਉਹਨੇ ਕਰਨੇ ਲੱਛਣ, ਤੂੰ ਜਾ ਤਾਂ ਚੜ ਉੱਥੋਂ ਦੀ ਛਾਲ ਮਾਰ ਕੇ ਜਾ ਲਮਕ ਕੇ, ਗੁੱਗੂ ਤਾਂ ਹੀ ਕਹਿੰਦਾ ਮੈਂ ਹੋ ਜਾ ਤਾਂ ਉੱਥੇ ਚੱਲਾਂ, ਮੇਰੇ ਤਾਂ ਵਿਆਹ ਹੋ ਗਿਆ। ਲੈ ਵਿਆਹ ਹੋ ਗਿਆ ਤਾਂ ਕੀ ਗੱਲ ਆ, ਕੰਮ ਨਹੀਂ ਕਰਨਾ? ਆਹੋ ਵਿਆਹ ਹੋ ਗਿਆ ਤਾਂ ਕੰਮ ਨਹੀਂ ਕਰਨਾ, ਦੱਸ ਮੇਰੇ ਘਰ ਵਾਲੇ ਕਹਿੰਦੇ ਇਤਨੀ
ਸੁਬਹ ਨਾ ਜਾਇਆ ਕਰ 3 ਵਜੇ ਵਹਾਂ ਕਿਆ ਕਰੇਗਾ। ਤੇ ਮੈਂ ਕਿਹਾ ਉਹਨਾਂ ਨੂੰ ਬਤਾ ਵੀ ਕਿਆ ਕਰੇਗਾ ਯਹਾਂ ਆਕਰ 3 ਵਜੇ। ਦੀਦੀ ਵੋ ਰਾਸਤਾ ਸੁਣ ਪੜਾ ਹੈ। ਮੈਂ ਕਿਹਾ ਕੋਈ ਨੀ, ਇਹ ਤਾਂ ਅੱਛਾ ਹੈ, ਅਭੀ ਤਾਂ ਇਹ ਪੱਕਾ ਹੋ ਗਿਆ। ਮੈਂ ਕਿਹਾ ਇਹ ਸਾਰੀ ਰਾਤ ਸਾਡੇ ਗੁਰਦੁਆਰੇ ਸਾਰੀ ਸੰਗਤ ਜਾਂਦੀ ਹੈ, ਸਾਰਾ ਰਾਸਤਾ ਤੇ ਸਾਰਾ ਪਿੰਡ ਸਾਡਾ ਜਾਗਦਾ ਰਹਿੰਦਾ ਪੂਰੀ ਰਾਤ। ਤੇ ਮੇਰਾ ਚੋਰੀਆਂ ਤਾਂ ਹੀ ਨਹੀਂ ਹੁੰਦੀਆਂ ਕਿਉਂਕਿ ਸਾਰਾ ਮੈਨੂੰ ਕਹਿੰਦਾ ਦੀਦੀ ਇਹ ਤਾਂ ਨਾ ਹੱਥ ਲਾ ਕੇ ਚੜ ਗਈ। ਮੈਂ ਕਿਹਾ ਅਸੀਂ ਵੀ ਇੱਥੇ ਹੀ ਰਹਿੰਦੇ, ਸਾਨੂੰ ਤਾਂ ਦਿਸਿਆ ਨਹੀਂ ਅਜੇ ਤਾਈਂ ਜੰਗਲ। ਹਾਂ ਚੜਿਆ ਫਿਰਦਾ ਲੈ ਦੱਸ, ਇੱਕ ਉਧਰ ਉੱਤੇ ਚੜਿਆ ਫਿਰਦਾ। ਡਰੰਮ ਕਾਹਦੇ ਲਈ? ਡਰਿੱਲ ਫੜਾਈਏ। ਉਧਰ ਖੁੱਲਦੀ ਅਗਲਾ ਉਹ ਲੱਗਾ ਮਸ਼ੀਨ ਲੈ ਕੇ। ਆਹ ਗੱਗੂ ਦਾ ਪੱਕਾ ਮੰਮੀ ਡਰੰਮ ਦੇ ਉੱਤੇ ਲੈ। ਉਹ ਪੁੱਠੇ ਹੀ ਚਲਾਈ ਚਲੂਈ ਜਾਂਦੇ ਮਸ਼ੀਨ ਨੂੰ। ਇੱਕ ਲੱਡ ਨਹੀਂ ਖੁੱਲੀ ਆ, ਮੈਂ 3 ਖੁੱਲੀ ਇੱਥੇ ਇਹਨੂੰ 14 ਨੰਬਰ ਚਾਬੀ ਲਿਆ ਕੇ ਦੇਣੀ। ਆਹ ਉੱਥੇ ਪਈ ਆ ਗੱਟੂ ਨੀ, ਕੜਾਈਏ ਫੜਾਓ ਇਹਨਾਂ ਨੂੰ ਉੱਤੇ। ਇੱਕ ਉਹਨਾਂ ਕੋ ਕਰਕੇ ਹਟਣ ਗਿਆ, ਜੇ ਮੰਮੀ ਅੱਜ ਨਹੀਂ ਟਾਲਦੇ ਤੈਨੂੰ ਮੈਂ ਦੱਸਤਾ ਈ। ਉਧਰ ਵੇਖ, ਇਹ ਤਾਂ ਕੁਝ ਨੀ ਕਰਨ ਦਿਆ, ਇਹਦਾ ਤਾਂ ਕੋਈ ਆਸਰਾ ਨੀ। ਇਹਨੂੰ ਫੜਾ ਦਿਓ ਕੋਈ ਕੜਾਈਆ, ਗੁਰਦੀਪ ਲਿਆ ਕੇ ਜਾ ਦੋਨੂੰ ਮਾੜੀ ਮਾੜੀ। ਇੱਕ ਉਹ ਪਲਾਸਟਿਕ ਵਾਲੀ ਬੱਠਲੀ ਜੀ ਫੜਾ ਦੇ ਨੀਲੀ ਜੀ, ਤੇ ਇੱਕ ਤਾਵੀਆਂ ਜਿਹਾ ਫੜਾ ਦੇ, ਤਾਵੀਆਂ ਫੜ ਲੈਂਦਾ ਉਹਨੂੰ ਪਲਾਸਟਿਕ ਵਾਲੀ ਬੱਠਲੀ ਫੜਾ ਦੇ। ਉਹ ਵੇਖੀ ਨੱਕ ਚੋਂ ਚੂਹੇ ਕੱਢੀ ਜਾਂਦੀ ਹੈ, ਜਾਂਦੀ ਹੈ ਨੀ ਕਿਸੇ ਪਾਸੇ। ਆ ਪਤਾ ਨੀ ਕਹਿੰਦੇ ਸੀ ਵੀ ਨਿੰਮਾਂ ਨੂੰ ਬਿਮਾਰੀ ਆ ਗਈ ਸੀ ਕੋਈ, ਨਿੰਮਾਂ ਸੁੱਕ ਗਈਆਂ ਸੀ ਆਪਣੀ ਵੀ ਪਹਿਲਾਂ ਸੁੱਕ ਗਈ ਸੀ ਜਮਾਂ ਹੀ ਬਿਮਾਰ ਨਿੰਮ, ਤੇ ਹੁਣ ਦੁਬਾਰਾ ਚਲੋ ਬਾਬੀ ਦੀ ਮਿਹਰ ਨਾਲ ਫੁੱਟ ਪਈ ਵਿਚਾਰੀ ਹਰੀ ਹੋਣ ਲੱਗ ਪਈ ਹੁਣ। ਹੈ ਦੂਜਾ ਮੂੰਹ ਲਾਇਆ ਦਾ, ਦੂਜਾ ਮੂੰਹ ਨੀ ਲੱਗਦਾ। ਨਹੀਂ ਲੱਗਾ ਬਾਈ, ਜਾ 15 ਨੰਬਰ ਲੈ ਆ, 15 ਨੰਬਰ ਲੈ ਆ। ਓਏ ਖੋਲਦਾ ਤੁਹਾਡੇ ਤੋਂ ਕੁਝ ਕਿ ਨਹੀਂ? ਇਹਨੇ 4 ਨਾਟ ਖੋਲੇ ਉਦੋਂ ਦਾ ਬੈਠਾ ਏ। ਉਹ ਵੇਖੀ ਕਿਤੇ ਲੱਤਾਂ ਨਾ ਨਿਕਲ ਜਾਣ, ਕਿਤੇ ਖੁੰਗ ਵਿਚਾਲਦੀ ਹੋ ਜੇ ਤੇਰੇ ਧਿਆਨ ਨਾ। ਇੱਕੋ ਦਿਨ ਹੀ ਸਾਰੇ ਭੈਣ ਚੋਂ ਘਾਟਾ ਪੂਰੀਆਂ ਹੋ ਜਾਣੀਆਂ, ਧਿਆਨ ਨਾ। ਆਹੋ ਉਹ 3 ਜਹਾਜ ਇਕੱਠੇ ਬਾਈ ਲੈਣ ਬਾਈ ਜੀ, ਇਹ ਕੌਣ ਜਾ ਰਿਹਾ ਹੋਵੇ? ਆਹ 3 ਜਹਾਜ ਪਤਾ ਨੀ ਇਕੱਠੇ ਮੋਦੀ ਹੋਣੀ ਜਾਂਦੇ ਪਏ ਖਰੇ। ਹਾਂ ਹਾਂ ਇੱਥੇ ਹੀ ਇੱਥੇ ਸਿਹਤ ਹੀ ਬਾ, ਪਰਲੇ ਬੰਨੇ ਹੋ ਜਾ ਫਿਰ, ਪਰਲੇ ਬੰਨੇ ਪਾਓ। ਆ ਉੱਤੋਂ ਥੌੜੀ ਨਾ ਉਹ ਵੀ ਖਿੱਚੀ ਆਉਣੀਆਂ, ਵਾਸ਼ਲਾਂ ਨੀ ਕੱਢੀਆਂ ਪਾਊ। ਹਾਵੇ ਕੰਧ ਤੇ ਹੀ ਆ ਤੂੰ, ਆ ਕੰਧ ਹੀ ਆ ਹੁਣ, ਇੱਧਰ ਨੂੰ ਹੀ ਰਹਿ ਮਾੜਾ ਜਿਹਾ। ਹਾਂ ਅੰਦਰ ਨੂੰ ਰਹਿ, ਹਾਂ ਹਾਂ ਇੱਥੇ ਤੁਰਿਆ ਚੱਲ। ਉਹ ਲਿਆ ਉੱਥੇ ਖੜਾ ਵਾ, ਲੈ ਨਿੱਕੇ ਇੰਨਾ ਕੰਮ ਤਾਂ ਤੂੰ ਵੀ ਇਧਰੋਂ ਕਰ ਹੀ ਸਕਦਾ ਸੀਗਾ।
ਲਾ ਧਿਆਨ ਨਾ ਧਿਆਨ ਨਾ ਟੁੱਟਣੀ ਨੀ ਚਾਹੀਦੀ ਸਲੇਟ ਧਿਆਨ ਨਾ ਧਿਆਨ ਨਾ ਧਿਆਨ ਨਾ ਆਉਂਦੇ 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 ਹੌਸਲਾ ਹੌਸਲਾ ਰੱਖੋ ਉਹ ਸਵੀਟੀ ਵੇਖ ਕਹਿੰਦੀ ਮੈਂ ਹੀ ਲਾਉਣੀ ਆ ਸਵੀਟੀ ਵੇਖ ਤੁਹਾਡੇ ਤੋਂ ਪਹਿਲਾਂ ਤਾਈ ਇੱਕ ਚਾਦਰ ਦਈ ਬਸ ਸਵੀਟੀ ਕਹਿੰਦੀ ਮੈਂ ਖੋਲਦੀ ਆ ਚਾਦਰਾਂ ਅੰਦਰ ਹੀ ਆਜੋ ਅੰਦਰ ਹੀ ਆਜੋ ਇਧਰ ਆਜੋ ਸਾਰੇ ਬਸ ਰਹਿਣ ਦੇ ਆਏ ਲੋਕ ਆ ਕੇ ਫੜਾਉਂਦਾ ਤੇ ਮੈਂ ਕਲਿੱਪ ਨੀ ਕੱਢਣੀ ਮੈਨੂੰ ਕਲਿੱਪਾਂ ਕੱਢਣ ਲਈ ਸੱਦਿਆ ਗਿਆ ਸੀ ਇੱਥੇ ਸਿਰਫ ਮੈਂ ਨਹਾ ਧੋ ਕੇ ਹੁਣ ਮੈਂ ਲਿਬੜਨ ਲੱਗ ਜਾ ਤੁਸੀਂ ਦੱਸ ਕਮਾਲ ਹੋ ਗਈ ਤੁਹਾਡੇ ਵਾਲੀ ਹਾਏ ਹਾਏ ਵੇ ਮੁੰਡਿਆ ਧਿਆਨ ਨਾ ਧਿਆਨ ਨਾ ਨੀ ਸੁਦੀਪ ਗਾਹ ਹੋਇਆ ਲੈ ਹਾਏ ਹਾਏ ਅੜ ਗਈ ਨਿੱਕੇ ਸੱਟ ਨਾ ਵਜਾਲੀ ਧਿਆਨ ਨਾ ਭਰਾਵਾ ਬਾਲਟੀ ਚੱਕੀ ਪਾਉ ਬਾਲਟੀ ਚੱਕ ਦੇ ਬਾਲਟੀ ਤਾਂ ਅੱਗੇ ਲੈ ਚੱਕੇ ਬਾਲਟੀਆਂ ਤਾਂ ਅੜੀ ਆ ਹੁਣ ਕੰਧ ਚ ਫਸਾਤੀ ਧਿਆਨ ਨਾ ਧਿਆਨ ਨਾ ਹੌਲੀ ਜੇ ਹੌਲੀ ਜੇ ਹੌਲੀ ਜੇ ਆਰਾਮ ਨਾ ਆਰਾਮ ਨਾ ਐਵੇਂ ਵੱਡਾ ਮੇਰਾ ਡੰਡਾ ਅੜ ਗਿਆ ਰੁਕ ਜਾ ਰੁਕ ਜਾ ਰੁਕ ਜਾ ਕੁੰਡੀ ਅੜ ਗਈ ਕੁੰਡੀ ਅੜ ਗਈ ਕੁੰਡੀ ਕਾਹਦੇ ਨਾਲ ਅੜ ਗਈ ਮਾੜਾ ਜਿਹਾ ਕੁੰਡੀ ਅੜ ਗਈ ਇੱਥੇ ਮੈਂ ਤੁਹਾਨੂੰ ਦੱਸਿਆ ਮੇਰੇ ਮਾੜੀ ਜੀ ਚਰੀਟ ਵੱਜੀ ਨੀ ਸ਼ਾਮ ਦੀਆਂ ਮੱਝਾਂ ਤੁਹਾਡੇ ਤੇ ਤਾਂ ਹੀ ਕਹਿੰਦੇ ਤੂੰ ਕਿੰਨੀਆਂ ਕਲਿੱਪਾਂ ਕੱਢ
ਫਿਰ ਜਗਾੜ ਲਾਏ ਹੋਏ ਆ ਇਹਨਾਂ ਦੇ ਪਾਣੀ ਆ ਗਿਆ, ਪਾਣੀ ਪੀ ਲਓ ਪਹਿਲਾਂ, ਰੈਸਟ ਮੂਡ ਅਜੇ ਉਹ ਚੁੱਕ ਕੇ ਖੁਰਲੀ ਨਹੀਂ ਡਾਲ ਹਾਂ ਐਂਪਲ ਕਰਨ ਹੋਗਾ ਉਹ ਤਾਂ ਆਉਂਦੇ ਆਉਂਦੇ ਕਰਦਾ ਆਉਂਦੇ ਉਹ ਫੜੋ ਫੜੋ ਇਹਨੇ ਦੋ ਸਲੇਟਾਂ ਨਹੀਂ ਲਵਾਈਆਂ ਲਵਾਈਆਂ ਤੇ ਉੱਤੋਂ ਪਾਣੀ ਵੇਖ ਪਾਣੀ ਲਿਆ ਕੇ ਦਿਓ ਪਾਣੀ ਮੈਨੂੰ ਮੰਮੀ ਨੂੰ ਪੁੱਛ ਲਾ ਕੀ ਮੰਮਾ ਮੰਮੀ ਦੱਸ ਕੀ ਇਹਨੇ ਕੀ ਦੋ ਸਲੇਟਾਂ ਚਾਹ ਫੜਾਓ ਅੰਕਲ ਨੂੰ ਪਹਿਲਾਂ ਉਹ ਕਹਿੰਦਾ ਤਾਂ ਮੈਨੂੰ ਉੱਤੇ ਚਾਹ ਫੜਾ ਦੋ ਹਾਂ ਅੰਕਲ ਨੂੰ ਉੱਚੀ ਸੌਂਦਾ ਵਾ ਪਤਾ ਕੀ ਹੋਇਆ ਉਹ ਨਾ ਆਪਣੀ ਗੱਲ ਨੂੰ ਰਿਪੀਟ ਕਰ ਦਿੰਦੇ ਆ ਤੂੰ ਗੱਲ ਕਰਕੇ ਵੇਖੀ ਮੈਂ ਬੜੀ ਵਾਰੀ ਵੇਖਿਆ ਆਪਣੀ ਗੱਲ ਨੂੰ ਰਿਪੀਟ ਕਰ ਓਏ ਓਏ ਕਿੱਧਰ ਗਿਆ ਆ ਜਾਓ ਜਲਦੀ ਆਉਂਦੇ ਆਉਂਦੇ ਅੰਕਲ ਆਉਂਦੇ 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 ਛੱਡ ਦੋ ਅੰਕਲ ਛੱਡ ਦੋ ਇੱਧਰ ਵੇਖੀ ਚਾ ਆਉਂਦੇ ਆਉਂਦੇ ਆ ਗਈ ਆ ਚੱਕ ਤੋੜਤੀ ਬਸ ਵੇਖ ਮਗਰ ਨਹੀਂ ਆਣ ਕੇ ਤੋੜਤੀ ਨਾ ਉਹੀ ਕੰਮ ਕੀਤਾ ਨਾ ਆ ਵੇਖ ਸਾਰਿਆਂ ਨੂੰ ਡੰਡਿਆਂ ਦੀਆਂ ਸਪੋਰਟਾਂ ਦਈ ਆ ਜਿਹਦੇ ਵਾਰੀ ਛੱਡ ਦਿੱਤਾ ਉਹ ਨੁੱਕਰ ਜਿਹਾ ਕੰਮ ਦਾ ਜਣੀ ਆ ਉਹ ਨੁੱਕਰ ਹੀ ਆ ਉਹ ਬਚ ਗਈ ਆ ਲੈ ਆਓ ਲੈ ਆਓ ਲੈ ਦੇ ਬਾਬਾ ਜੀ ਤੇ ਕਿੰਨਾ ਨੁਕਸਾਨ ਕੀਤਾ ਦੋ ਭਰਾਵਾਂ ਨੇ ਮੰਮੀ ਤੁਸੀਂ ਸਾਰੀਆਂ ਗੱਲਾਂ ਛੱਡ ਇਹਨਾਂ ਦੋ ਭਰਾਵਾਂ ਦੇ ਢਿੱਡ ਵੇਖ ਉਹ ਆਪੇ ਮਿਸਤਰੀ ਕਰ ਲੂਗਾ ਉਹਨੂੰ ਪਤਾ ਨਹੀਂ ਉਹਵੇਂ ਉੱਤੋਂ ਵੱਢਣੇ ਪੈਣੇ ਆ ਮੰਮੀ ਕੋਈ ਨਹੀਂ ਮਿਸਤਰੀ ਆਪੇ ਆਦੇ ਦਿਮਾਗ ਨਾਲ ਕਰ ਲੂਗਾ ਆਵੇ ਨਾ ਕਿੱਡਾ ਪਈ ਮੇਰੀ ਤੇ ਉੱਥੇ ਸੀਗੀ ਉੱਥੇ ਹੀ ਪਈ ਮੇਰੀ ਕਿੰਨੇ